ग्लोबल न्यूज 13 देख रहे सभी दर्शकों को नमस्कार। खबर है जी लहरा गागा से। संगरूर के लहरा गागा इलाके में गांव बखौरा कलां के घर बनाने के लिए कर्ज से परेशान पति पत्नी ने अपने ही घर में घुसे वाले कमरे में फंदा लगाकर आत्महत्या कर ली। गांव के लोगों ने बताया कि इनके पास एक छोटा सा घर था, दो भाई थे, उन्हें 8 लाख का कर्ज लेकर अपना नया घर लिया था। उसकी वापस किस्तें ना होने पर परेशान थे, पति पत्नी पर भी वह परेशान रहते थे, तो उनको अपने घर में फंदा लगाकर आत्महत्या कर ली। दूसरी ओर लहरा गागा के DSP ने कहा कि मृतक रघुवीर सिंह और उसकी पत्नी संदीप कौर, जिसने 8 लाख का एक निजी कंपनी से कर्ज लिया था, उसकी किस्त वापस ना होने पर उसकी परेशानी लेकर आत्महत्या कर ली। उनके दो छोटे बच्चे हैं, उन्हें दोनों लाशों का पोस्टमार्टम करवाकर उनके वारसों को हवाले कर दिया है। आप देख रहे हैं ग्लोबल न्यूज 13। ਪਿੰਡ ਕਿਹੜਾ ਜੀ? ਭਾਜੀ ਕੀ ਹੋਇਆ ਸੀ ਜਿਹੜਾ ਇਹਨਾਂ ਨੇ ਸੁਸਾਈਡ ਕਰ ਲਿਆ? ਕਿੰਨਾ ਕਰਜ਼ਾ ਸੀ ਇਹਨਾਂ ਦੇ ਸਿਰ? ਬਾਈ ਜੀ ਇਹਨਾਂ ਨੇ ਨਾ ਘਰ ਥੋੜ੍ਹਾ ਜਿਹਾ ਤੰਗ ਤੀਆ, ਇਹਨਾਂ ਨੇ 8 ਲੱਖ ਦਾ ਜੋ ਪੈਸਾ ਹੈ ਨਹੀਂ ਦੇਣਾ ਲਵੇ, ਵੀ ਚੱਲ ਦੋ ਭਾਈ ਨੇ ਜਿੱਥੇ ਰਹਿ ਰਹੇ ਤੇ ਉੱਥੇ ਇੱਕ ਹੀ ਕਮਰਾ ਤੀ ਆ, ਅਤੇ ਇਹਨਾਂ ਨੇ ਜਗ੍ਹਾ ਲਿੱਤੀ ਤੀ 8 ਲੱਖ ਦੀ, ਅਤੇ ਉਹ ਕਰਜ਼ਾ ਉਤਰੇ ਨਹੀਂ ਹੈਗੇ। ਜਿਹੜੀ ਇਹਨਾਂ ਦੇ ਘਰ ਵਾਲੀ ਤੀ ਉਹਨਾਂ ਦਾ ਅਤੇ ਬਿਮਾਰੀ, ਤਾਂ ਉਹਨਾਂ ਨੂੰ ਵੀ ਡੇਲੀ ਦਵਾਈ ਚੱਲਦੀ ਨਹੀਂ, ਮਤਲਬ ਹਜ਼ਾਰਾਂ ਦੇ ਹਿਸਾਬ ਨਾਲ ਡੇਲੀ ਦਵਾਈ ਚੱਲਦੀ ਤੀ। ਤਾਂ ਉਸ ਤੋਂ ਇਹਨਾਂ ਨੇ ਤੰਗ ਆ ਕੇ, ਦੋ ਬੱਚੇ ਨੇ ਇਹਨਾਂ ਦੇ, ਇੱਕ ਗੁੜੀ ਹੈ ਇੱਕ ਬੇਟਾ ਹੈ, ਤਾਂ ਉਹ ਤੋਂ ਤੰਗ ਆ ਕੇ ਇਹਨਾਂ ਨੇ ਅਤੇ ਗਲ ਫਰਾਹਾ ਲੈ ਕੇ ਦੋਵਾਂ ਨੇ ਇਕੱਠੀ, ਦੋਵਾਂ ਨੇ ਉਸ ਕਰਕੇ ਦਿੱਕਤ ਆ ਗਈ ਪੈਸੇ ਦੀ ਲਾ ਲਓ ਕਰਜ਼ੇ ਦੀ ਲਾ ਲਓ, ਦੋਵਾਂ ਨੇ ਕੋਈ ਆਏ ਨਹੀਂ ਹੈਗਾ, ਦੋਵਾਂ ਨੇ ਇਕੱਠੀ ਇਹਨਾਂ ਨੇ ਗਲ ਫਰਾਹਾ ਲਿਆ, ਅਤੇ ਦੋ ਬੱਚੇ ਨੇ ਇਹਨਾਂ ਇੱਕ ਗੁੜੀ ਹੈ, ਹਾਂ ਕਰਜ਼ੇ ਦੀ ਟੈਂਸ਼ਨ ਤੀ ਇਹਨਾਂ ਦੇ ਸਿਰ 'ਤੇ, ਪਿੰਡ ਬਖੋਰਾ ਕਲਾਂ ਦੋਏ ਜੀ। ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੀ? ਬੱਚਿਆਂ ਸਰਕਾਰ ਤੋਂ ਇਹੀ ਮੰਗ ਕਰਦਾ ਜੀ, ਦੋ ਬੱਚੇ ਨੇ ਵੀ ਉਹਨਾਂ ਦਾ ਕੋਈ ਮਦਦ ਕੀਤੀ ਜਾਵੇ, ਜਿਵੇਂ ਪੜ੍ਹਾਈ ਬਾਰੇ ਤਾਂ ਉਹਨਾਂ ਦੇ ਖਾਤੇ 'ਚ ਕਿਵੇਂ ਵੀ, ਤਾਂ ਸਾਡੇ ਸਾਰਿਆਂ ਵੱਲੋਂ ਇਹੀ ਬੇਨਤੀ ਹੈ ਵੀ ਸਰਕਾਰ ਨੂੰ ਵੀ ਇਹਨਾਂ ਦੀ ਕੋਈ ਨਾ ਕੋਈ ਮਦਦ ਕੀਤੀ ਜਾਵੇ। ਗਰੀਬ ਘਰ ਹੈ ਜੀ, ਅਤੇ ਇਹਨਾਂ ਦਾ ਡੈਡੀ ਬੱਚੇ ਛੋਟੇ ਬੱਚਿਆਂ ਨੂੰ ਛੱਡ ਕੇ ਮਰ ਗਿਆ ਸੀ, ਤਾਂ ਇਹ ਵੀ ਦੁੱਖ ਦੀ ਗੱਲ ਹੈ, ਅਤੇ ਇਹਨਾਂ ਦੀ ਮਾਂ ਨੇ ਅਤੇ ਗੋਹਾ ਕੂੜਾ ਕਰਕੇ ਕਿਵੇਂ ਵੀ ਲਾ ਲਓ 3 ਗੁੱਡੀਆਂ ਤੀਆਂ ਜੀਆਂ, ਉਹਨਾਂ ਨੂੰ ਵਿਆਹਾ ਅਤੇ ਇਹਨਾਂ ਨੂੰ ਵਿਆਹਿਆ, ਅਤੇ ਬਹੁਤ ਮਸਾਂ ਪਾਲੇ 'ਤੇ ਜੀ, ਛੋਟੇ ਛੋਟਿਆਂ ਨੂੰ ਛੱਡ ਕੇ ਮਰ ਗਿਆ ਤੀ ਇਹਨਾਂ ਦਾ ਬਾਪ ਵੀ। ਹੁਣ ਇਹ ਵੀ ਬਹੁਤ ਵੱਡਾ ਦੁੱਖ ਹੋ ਗਿਆ ਮਾਂ ਨੂੰ, ਅਤੇ ਮਸਾਂ ਪਾਲੇ 'ਤੇ ਵੀ ਆਹ ਦੁੱਖ ਦੇਖਣਾ ਪੈ ਗਿਆ, ਤਾਂ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਇਹਨਾਂ ਦੀ ਜ਼ਰੂਰ ਮਦਦ ਕਰੀ। ਮੇਰਾ ਨਾਮ ਨਾਜਰ ਸਿੰਘ ਜੀ। ਕੀ ਮਸਲਾ ਹੋਇਆ ਸਾਰਾ, ਜਿਹੜਾ ਇਹ ਦੋ ਜਿਹੜੇ ਸੁਸਾਈਡ ਕਰੇ ਜੀ, ਕੀ ਕਾਰਨ ਜੀ? ਮਸਲਾ ਤਾਂ ਜੀ ਦੇਖੋ, ਅੱਜ ਕੱਲ੍ਹ ਜੋ ਹਰੇਕ ਇਨਸਾਨ 'ਤੇ ਟੈਨਸ਼ਨਾਂ ਨੇ, ਕਿਸੇ 'ਤੇ ਕਰਜ਼ੇ ਦੀ ਹੈ, ਕਿਸੇ 'ਤੇ ਬਿਮਾਰੀ ਦੀ ਹੈ, ਇਹ ਪਰਿਵਾਰ ਦੇ ਉੱਤੇ ਕਰਜ਼ੇ ਦਾ ਬਹੁਤ ਜ਼ਿਆਦਾ ਬੋਝ ਸੀਗਾ। ਅਜੇ 1 ਸਾਲ ਪਹਿਲਾਂ ਆਪਣਾ ਮਕਾਨ ਲਿਆ ਸੀ ਇਹਨਾਂ ਨੇ 7-8 ਲੱਖ ਰੁਪਏ ਦਾ। ਅੱਜ ਕੱਲ੍ਹ ਦੇਖਦਾ ਜੀ ਪਿੰਡਾਂ ਦੇ ਵਿੱਚ ਜਿਹੜੀਆਂ ਫਾਈਨੈਂਸਰ ਕੰਪਨੀਆਂ ਆ ਰਹੀਆਂ ਨੇ ਕਿਸ਼ਤਾਂ 'ਤੇ, ਹਫ਼ਤੇ ਦੀ ਕਿਸ਼ਤ 3,000 ਦੀ ਆ ਗਈ, ਕਿਸੇ ਵਾਲੇ ਵਾਲੇ ਨੰਬਰ 'ਚ ਤਾਂ ਦੋ ਦੋ ਤਿੰਨ ਤਿੰਨ ਕਿਸ਼ਤਾਂ ਚੱਲ ਰਹੀਆਂ ਨੇ, 4-4। ਅਤੇ ਇੱਕ ਤਾਂ ਇਹਦੀ ਮਤਲਬ ਕਿ ਜਿਹੜੀ ਲੜਕੀ ਸੀਗੀ ਉਹ ਪੇਸ਼ੈਂਟ ਵੀ ਸੀਗੀ ਸ਼ੂਗਰ ਦੀ, ਅਤੇ ਦੂਜੀ ਇਹਦੇ ਦੋਵੇਂ ਮੀਆਂ ਬੀਵੀ 'ਤੇ ਟੈਨਸ਼ਨ ਜਿਹੜੀ ਇਹ ਕਰਜ਼ੇ ਦੀ ਬਹੁਤ ਜ਼ਿਆਦਾ ਸੀ, ਕਰਜ਼ਾ ਮੋੜ ਨਹੀਂ ਸਕੇ, ਅਤੇ ਇਸ ਕਰਕੇ ਕਾਫੀ ਦਿਨਾਂ ਤੋਂ ਇਹ ਬਾਹਲੀ ਟੈਨਸ਼ਨ 'ਚ ਰਹਿੰਦੇ ਸੀਗੇ। ਘਰਦਿਆਂ ਨੇ ਵੀ ਬੜੇ ਯਤਨ ਕੀਤੇ ਦਵਾਈਆਂ ਲਵਾਉਣ ਦੇ ਜਾਂ ਇਹਨਾਂ ਨੂੰ ਮਤਲਬ ਕਿ ਸਮਝਾਉਣ ਬੁਝਾਉਣ ਦੇ, ਪਰ ਕੱਲ੍ਹ ਜੋ ਇਹਨਾਂ ਨੇ ਇਹ ਸਟੈਪ ਚੱਕ ਲਿਆ ਆਪਣੇ ਜੀਵਨ ਦੀ ਜਿਹੜੀ ਲੀਲਾ ਖਤਮ ਕਰਨ ਲਈ। ਪਿੱਛੇ ਕੀ ਕੁਛ ਰਹਿ ਗਿਆ ਇਹਨਾਂ ਦੇ ਬੱਚਿਆਂ ਪਿੱਛੇ ਜੀ? ਇੱਕ ਬੇਟਾ ਇੱਕ ਬੇਟੀ ਹੈ ਜੀ ਛੋਟੇ ਨੇ। ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਤਾਂ ਸਰਕਾਰਾਂ ਤੋਂ ਇਹੀ ਕਰਦੇ ਹਾਂ ਅਸੀਂ ਵੀ ਜਿਵੇਂ ਅੱਜ ਕੱਲ੍ਹ ਕਰਜ਼ਾਈ ਤਾਂ ਹਰੇਕ ਬੰਦੇ ਆ ਜੀ, ਕਿਸਾਨ ਵੀ ਹੈ, ਹੁਣ ਜ਼ਿਮੀਂਦਾਰ ਮਤਲਬ ਕਿ ਮਜ਼ਦੂਰ ਨੇ ਜਿਹੜੇ ਆ ਕਮੇਟੀਆਂ ਪੈਣ ਲੱਗੀਆਂ, ਇਹਨਾਂ ਨੇ ਜ਼ਿਆਦਾ ਕਰਜ਼ਾਊ ਕਰਦੇ। ਸੋ ਇੱਕ ਤਾਂ ਇਹ ਫਾਈਨੈਂਸਰਾਂ 'ਤੇ ਜਿਹੜਾ ਇਹਨਾਂ ਦਾ ਵਿਆਜ ਘਟਵਾਇਆ ਜਾਵੇ, ਸਰਕਾਰ ਨੂੰ ਮਤਲਬ ਉਪਰਾਲਾ ਕਰਨਾ ਚਾਹੀਦਾ ਵੀ ਇਹ ਕੰਪਨੀਆਂ 'ਤੇ ਥੋੜ੍ਹੀ ਮੋਟੀ ਨੱਕ ਪਾਈ ਜਾਵੇ। ਸਰਕਾਰ ਨੂੰ ਆਪਣੇ ਹੀ ਵੱਲੋਂ ਜਿਵੇਂ ਕਿ ਕਿਸਾਨਾਂ ਨੂੰ ਕੋਈ ਸਬਸਿਡੀ ਦਿੰਦੀ ਹੈ ਮਕਾਨਾਂ 'ਤੇ ਲਾ ਲਓ, ਅਤੇ ਮਜ਼ਦੂਰਾਂ ਨੂੰ ਵੀ ਇਹੋ ਜਿਹੀਆਂ ਕੋਈ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਉਹ ਆਪਣਾ ਮਕਾਨ ਬਣਾ ਸਕਣ ਜਾਂ ਆਪਣੇ ਬੱਚਿਆਂ ਦਾ ਵਿਆਹ ਕਰ ਸਕਣ। ਸੋ ਮੇਰੀ ਤਾਂ ਇਹੋ ਬੇਨਤੀ ਹੈ ਸਰਕਾਰ ਨੂੰ। ਸਰ ਜਿਹੜੀ ਬਖੋਰੇ ਘਟਨਾ ਹੋਈ ਹੈ, ਕੀ ਘਟਨਾ ਹੋਈ ਹੈ ਅਤੇ ਕਿਵੇਂ ਸੁਸਾਈਡ ਕਰ, ਸਾਰੀ ਜਾਣਕਾਰੀ? ਇਹ ਬਖੋਰਾ ਕਲਾਂ ਦੇ ਵਿੱਚ ਰਘਵੀਰ ਸਿੰਘ ਸਨ ਆਫ ਕਰਮਾ ਸਿੰਘ, ਇਹਦੀ ਪਤਨੀ ਸੰਦੀਪ ਕੌਰ ਵਾਈਫ ਆਫ ਕਰਮਾ ਸਿੰਘ ਨੇ ਜੀ ਰਾਤ ਗਾਫਾ ਲੈ ਕੇ ਸੁਸਾਈਡ ਕਰ ਲਿਆ। ਕਾਰਨ ਕੀ? ਕਾਰਨ ਇਹਦੇ ਵਿੱਚ ਇਹਨਾਂ ਦੇ ਪ੍ਰਾਈਵੇਟ ਕੰਪਨੀ ਤੋਂ ਕੋਈ ਲੋਨ ਲਿੱਤਾ ਸੀਗਾ, ਲੋਨ ਲੈ ਕੇ ਇਹਨਾਂ ਨੇ ਘਰ ਲਿੱਤਾ ਸੀਗਾ, ਉਹ ਕਿਸ਼ਤਾਂ ਨਹੀਂ ਭਰੀਆਂ ਜਾ ਰਹੀਆਂ ਸੀਗੀਆਂ, ਜਿਸ ਕਰਕੇ ਮਾਨਸਿਕ ਤੌਰ 'ਤੇ ਅਪਸੈਟ ਰਹਿੰਦੇ ਸੀਗੇ, ਇਸ ਕਰਕੇ ਇਹਨਾਂ ਨੇ ਆਤਮ ਹੱਤਿਆ ਕਰ ਲਈ।
ਹੁਣ ਅਸੀਂ ਮ੍ਰਿਤਕ ਦੇ ਭਰਾ ਦੇ ਸੁਦਰਸ਼ਨ ਸਿੰਘ ਸਨ ਕਰਮ ਸਿੰਘ ਦੇ ਬਿਆਨ ਤੇ ਮੁਤਾਬਕ ਬਿਆਨ 176 ਦੀ ਕਾਰਵਾਈ ਕੀਤੀ ਹੈ। ਸਰ ਕਿੰਨੇ ਬੱਚੇ ਸੀਗੇ? ਇਹਨਾਂ ਦੇ ਦੋ ਬੱਚੇ ਸੀਗੇ ਜੀ, ਇੱਕ ਬੇਟੀ ਹੈ ਸ਼ੇਖ 7 ਸਾਲ ਦੀ, ਬੇਟਾ 8 ਸਾਲ ਦਾ। ਪੋਸਟਮਾਰਟਮ ਕਰਕੇ ਦੇ ਦਿੱਤੀ ਲਾਸ਼? ਹਾਂਜੀ, ਪੋਸਟਮਾਰਟਮ ਹੋ ਗਿਆ, ਕਰਕੇ ਲਾਸ਼ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜੀ।